ਪੰਜਾਬ ਚ ਕਰੋਨਾ ਪਰੀਜ਼ਾਂ ਦੀ ਵਧ ਰਹੀ ਗਿਣਤੀ ਦੌਰਾਨ ਬਠਿੰਡਾ ਤੋਂ ਇੱਕ ਰਾਹਤ ਦੀ ਖਬਰ ਹੈ ਬਠਿੰਡਾ ਛਾਲੇ ਤੱਕ ਕਰੋਨਾ ਦਾ ਇੱਕ ਵੀ ਮਰੀਜ਼ ਨਹੀਂ ਮਿਲਿਆ ਜਿਸ ਕਰਕੇ ਬਠਿੰਡਾ ਨੂੰ ਗ੍ਰੀਨ ਜ਼ੋਨ ਵਿੱਚ ਰੱਖਿਆ ਗਿਆ ਹੈ ਬਠਿੰਡਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਅੱਗੇ ਵੀ ਗ੍ਰੀਨ ਜ਼ੋਨ ਬਰਕਰਾਰ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਬਠਿੰਡਾ ਦੇ ਮੁਖ ਸਿਹਤ ਅਫਸਰ ਡਾਕਟਰ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ 470 ਵਿਕੀਆਂ ਦੇ ਲਏ ਗਏ ਨਮੂਨਿਆਂ ਵਿੱਚੋਂ 282 ਨਮੂਨਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਅਤੇ ਬਾਕੀਆਂ ਦੀ ਰਿਪੋਰਟ ਆਉ ਉਨਾ ਦੱਸਿਆ ਕਿ ਨਮੂਨੇ ਉਹਨਾਂ ਵਿਅਕਤੀਆਂ ਦੇ ਵੀ ਲਏ ਗਏ ਨੇ ਜਿਨ੍ਹਾਂ 'ਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਉਹਨਾਂ ਕਹੇ ਕਿ ਲੋਕਾਂ ਵੱਲੋਂ ਦਿੱਤੇ ਸਹਿਯੋਗ ਕਰ ਨਹੀਂ ਬਠਿੰਡਾ ਝਾਲੇ ਤੇ ਕਰੋਨਾ ਦਾ ਪਹਿਲਾ ਨਹੀਂ ਹੋਇਆ ਤੇ ਮੀਡੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ ਬਠਿੰਡਾ ਜ਼ਿਲ੍ਹਾ ਪੰਜਾਬ ਦੇ ਵਿੱਚੋਂ ਉਹਨਾਂ ਜਿਹੜੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੈ ਜਿਨ੍ਹਾਂ 'ਚ ਹਲੇ ਤੱਕ ਕੋਈ ਵੀ ਜਿਹੜਾ ਹੈਗਾ ਪੋਜ਼ਿਟਿਵ ਕੇਸ ਰਿਪੋਰਟ ਨਹੀਂ ਹੋਇਆ ਮੈਂ ਸਮਝਦਾ ਕਿ ਇਸ ਸਥਿਤੀ ਨੂੰ ਵਰਕਰਾਂ ਰੱਖਣ ਲਈ ਸਾਰੇ ਲੋਕਾਂ ਦਾ ਹੀ ਯੋਗਦਾਨ ਹੈ ਖਾਸ ਕਰਕੇ ਮੈਂ ਕਹੂੰਗਾ ਕਿ ਸਾਡਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਪੁਲਿਸ ਡਿਪਾਰਟਮੈਂਟ ਹੈ ਸਿਹਤ ਵਿਭਾਗ ਹੈ ਉਹਦੇ ਨਾਲ ਨਾਲ ਇਵਨ ਇਲੈਕਟ੍ਰੋਨਿਕ ਤੇ ਜਿਹੜਾ ਪ੍ਰੈਸ ਮੀਡੀਆ ਹੈ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਨੂੰ ਜਿਹੜਾ ਹੈ ਕੋਰੋਨਾ ਵਾਇਰਸ ਦੇ ਇਹਦੇ ਖਤਰੇ ਬਾਰੇ ਜਾਗਰੂਕ ਕਰਾਉਣਾ बार-बार ਉਹਨਾਂ ਨੂੰ ਇਹ ਗੱਲਾਂ ਯਾਦ ਕਰਾਉਣੀਆਂ ਕਿ ਉਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ ਨਾਲ